ਹਲਕਾ ਬਟਾਲਾ ਤੋਂ ਬੀਜੇਪੀ ਦੇ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ ਹਲਕੇ ਦੇ ਵਿੱਚ ਹਰ ਬੂਥ ਤੇ ਜਾ ਰਹੇ ਨੇ ਨਿਗਰਾਨੀ ਰੱਖ ਰਹੇ ਨੇ ਵੋਟ ਪ੍ਰਕਿਰਿਆ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਬਾਜਵਾ ਸਾਹਿਬ ਤੁਸੀਂ ਹਲਕੇ ਚ ਗਏ ਹੋ ਸਾਰੇ ਬੂਥਾਂ ਤੇ ਹੋ ਕੇ ਆਏ ਕਿਸ ਤਰੀਕੇ ਦੀ ਲੱਗਦੀ ਹੈ ਦੇਖੋ ਮੋਰਲੈਸ ਹਰ ਬੰਦਾ ਸਮਝਦਾ ਵੀ ਸਾਡਾ ਠੀਕ ਹੈ ਮੈਂ ਸਮਝਦਾ ਵੀ ਬੀਜੇਪੀ ਬੜੀ ਰੀਜੂਵਿਨੇਟ ਹੋ ਕੇ ਨਿਕਲੀ ਹੈ ਤੋਂ ਜਦੋਂ ਵਰਕਰ ਉਤਸ਼ਾਹ ਦਿਖਾਂਦਾ ਹੈ ਜਦੋਂ ਵਰਕਰ ਤਾਨੂੰ ਭੱਜ-ਭੱਜ ਕੇ ਆ ਕੇ ਮਿਲਦਾ ਤੇ ਇਹ ਲੱਗਦਾ ਵੀ ਹਾਂ ਵਰਕਰ ਆਪਣੇ ਉਹਨਾਂ ਨੂੰ ਲੱਗਦਾ ਵੀ ਸਾਡਾ ਪਾਸਾ ਪਾਰੀ ਹੈ ਸੋ ਬਾਕੀ ਇਹ ਲੋਗਾ ਦੇ ਦਿਲਾਂ ਦੇ ਵਿੱਚ ਵੜ ਕੇ ਕਿਸੇ ਨੇ ਨਹੀਂ ਦੇਖਿਆ ਤੇ ਫੋਰ ਕਾਰਨਰਡ ਕੰਟੈਸਟ ਹੈ ਮੋਰ ਸ਼ਾਮ ਤੱਕ ਆਪਾਂ ਨੂੰ ਕਾਫੀ ਚੀਜ਼ਾਂ ਬਾਅਦ ਦੁਪਹਿਰ 3-4 ਵਜੇ ਤੱਕ ਕਲੀਅਰ ਹੋਣੀਆਂ ਸ਼ੁਰੂ ਹੋਣ ਗਿਆ ਵੀ ਲੋਕਾਂ ਦਾ ਟ੍ਰੈਂਡ ਕੀ ਜਾ ਰਿਹਾ ਹੈ ਵਨ ਵੋਟ ਕਾਫੀ ਹੋਏਗੀ ਜਿਨ੍ਹਾਂ ਨੇ ਪਹਿਲੀ ਵਾਰ ਇਸ ਸਮੇਂ ਵੋਟ ਪਾਣੀ ਹੋਏਗੀ ਆਪਣੇ ਵੱਲੋਂ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਸੋਸ਼ਲ ਸਮਿਕੇ ਵੋਟ ਦੇਖੋ ਨੌਜਵਾਨਾਂ ਨੂੰ ਤੇ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜਿੰਨੀ ਦੇ ਕੋਈ ਵੀ ਹੋਏ ਫॉर दैट ਬੈਟਰ ਜਿੰਨੀ ਦੇਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਏਗੀ ਜਿਹੜੀ ਕਿ ਪਿਛਲੇ 20 ਸਾਲਾਂ ਤੋਂ ਸਾਡੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਉਸ ਦਾ ਕਾਰਨ ਇਹ ਹੀ ਹੈ ਸੈਂਟਰ ਚ ਕਿਸੇ ਦੀ ਸਰਕਾਰ ਤੇ ਸਟੇਟ ਤੇ ਦੂਜੀ ਸਰਕਾਰ ਜੇ ਇਹ ਟ੍ਰੈਂਡ ਅਨਦਰ 5 ਇਅਰਸ ਇਦਾ ਕਰ ਗਿਆ ਤੇ ਫਿਰ ਪੰਜਾਬ ਨੂੰ ਫਾਈਨੈਂਸ਼ੀਅਲ ਮੈਸ ਚੋਂ ਕੱਢਣਾ ਬਹੁਤ ਔਖਾ ਹੋਏਗਾ ਔਰ ਯੂਥ ਨੂੰ ਕੀ ਮਿਲਣਾ ਕੁਛ ਨਹੀਂ ਯੂਥ ਦਾ ਤੇ ਫਿਰ ਹੋਈ ਹੈ ਵੀ ਬਾਹਰ ਵਾਲਾ ਬਾਹਰਲੇ ਮੁਲਕਾਂ ਦਾ ਰੁਝਾਨ ਕਿਉਂਕਿ ਪੰਜਾਬ ਵਿਲ ਹੈਵ ਨਥਿੰਗ ਟੂ ਆਫਰ ਟੂ ਥੈਮ ਜਿੰਨੀ ਦੇਰ ਤੁਸੀਂ ਇੰਡਸਟਰੀ ਨਹੀਂ ਲੈ ਕੇ ਆਉਂਦੇ ਹੋ ਅਸੀਂ ਉਹਨਾਂ ਨੂੰ ਮੰਗਿਆ ਅਸੀਂ ਸਾਡੀ ਸਰਕਾਰ ਆਏ ਤੇ ਅਸੀਂ ਡੈਫੀਨਿਟਲੀ ਹਿਮਾਚਲ ਔਰ ਜੀਐਨਕੇ ਵਾਲਾ ਜਿਹੜੇ ਇਨਸੈਂਟਿਵਸ ਨੇ ਇੰਡਸਟਰੀ ਦੇ ਉਹ ਅਸੀਂ ਆਪਣੇ ਲੈ ਕੇ ਆਵਾਂਗੇ ਸਾਡੀ ਅਸੀਂ ਦੇਖਣਾ ਸੀ ਲੋਕਾਂ ਨੂੰ ਕਿਦਾਂ ਰਾਜ਼ੀ ਕਰਨਾ ਉਹ ਤਾਂ ਹੀ ਹੋਏਗੀ ਜੇ ਇੱਥੇ ਸੈਂਟਰ ਤੇ ਵਿੱਚ ਔਰ ਇੱਥੋਂ ਦੀ ਡਬਲ ਇੰਜਨ ਸਰਕਾਰ ਬਣੇਗੀ ਅਸੀਂ ਸਮਝਾ ਰਹੇ ਹਾਂ ਲੋਕ ਸਮਝਦੇ ਨੇ ਲੱਗੇ ਨੇ ਬੀਜੇਪੀ ਸ਼ੁੱਡ ਕਮ ਐਂਡ ਟੇਕਓਵਰ ਤਾਂ ਉਹੀ ਥਿੰਕਸ ਵੀ ਬੀਜੇਪੀ ਇਜ਼ ਓਨਲੀ ਰੇ ਆਫ ਹੋਪ ਲੱਗਦਾ ਫਿਰ ਬਦਲਾਅ ਆਏਗਾ 100% ਬਦਲਾਅ ਸ਼ੋਰ ਹੈ ਬਿਲਕੁਲ ਐਸਾ ਸਾਡੇ ਨਾਲ ਫਤਿਹ ਜੰਗ ਸਿੰਘ ਬਾਜਵਾ ਜੋ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਹਨ ਹਰ ਬੂਥ ਤੇ ਜਾ ਰਹੇ ਨੇ VOTING ਪ੍ਰਕਿਰਿਆ ਨੂੰ ਜਿਹੜਾ ਹੈ ਉਹ ਨਿਗਰਾਨੀ ਰੱਖਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਚਾਹੁੰਦੇ ਹਨ ਕਿ ਬਦਲਾਅ ਹੋਵੇ ਤਾਂ 100% ਜਿਹੜਾ ਇਸ ਵਾਰ ਬਦਲਾਅ ਜ਼ਰੂਰ ਹੋਵੇਗਾ। ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ। ਹਲਕਾ ਬਟਾਲਾ ਤੋਂ BJP ਦੇ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ। ਹਲਕੇ ਦੇ ਵਿੱਚ ਹਰ ਬੂਥ ਤੇ ਜਾ ਰਹੇ ਨੇ ਨਿਗਰਾਨੀ ਰੱਖ ਰਹੇ ਨੇ VOT ਪ੍ਰਕਿਰਿਆ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ। ਬਾਜਵਾ ਸਾਹਿਬ ਤੁਸੀਂ ਹਲਕੇ 'ਚ ਗਏ ਹੋ ਸਾਰੇ ਬੂਥਾਂ ਤੇ ਹੋ ਕੇ ਆਏ ਹੋ। ਕਿਸ ਤਰੀਕੇ ਦੀ ਲੱਗਦੀ ਹੈ? ਤਕੋ ਮੋਰਲੈਸ ਹਰ ਬੰਦਾ ਸਮਝਦਾ ਵੀ ਸਾਡਾ ਠੀਕ ਹੈ ਮੈਂ ਸਮਝਦਾ ਵੀ ਭਾਜਪੀ ਬੜੀ ਰੀਜੂਵਿਨੇਟ ਹੋ ਕੇ ਨਿਕਲੀ ਹੈ ਤੋ ਜਦੋਂ ਵਰਕਰ ਉਤਸ਼ਾਹ ਦਿਖਾਂਦਾ ਹੈ ਜਦੋਂ ਵਰਕਰ ਤਾਨੂੰ ਭੱਜ-ਭੱਜ ਕੇ ਆ ਕੇ ਮਿਲਦਾ ਹੈ ਤੇ ਐਂ ਲੱਗਦਾ ਵੀ ਹਾਂ ਵਰਕਰ ਆਪਣੇ ਉਹਨਾਂ ਨੂੰ ਲੱਗਦਾ ਵੀ ਸਾਡਾ ਪਾਸਾ ਪਾਰੀ ਹੈ ਸੋ ਬਾਕੀ ਇਹ ਲੋਗਾ ਦੇ ਦਿਲਾਂ ਦੇ ਵਿੱਚ ਵੜ ਕੇ ਕਿਸੇ ਨੇ ਨਹੀਂ ਦੇਖਿਆ ਤੇ ਫੋਰ ਕਾਰਨਰਡ ਕੰਟੈਸਟ ਹੈ ਮੋਰ ਸ਼ਾਮ ਤੱਕ ਆਪਾਂ ਨੂੰ ਕਾਫੀ ਚੀਜ਼ਾਂ ਬਾਅਦ ਦੁਪਹਿਰ 3-4 ਵਜੇ ਤੱਕ ਕਲੀਅਰ ਹੋਣੀਆਂ ਸ਼ੁਰੂ ਹੋਣਗੀਆਂ ਵੀ ਲੋਕਾਂ ਦਾ ਟ੍ਰੈਂਡ ਕੀ ਜਾ ਰਿਹਾ ਹੈ ਨੌਜਵਾਨ ਵੋਟ ਕਾਫੀ ਹੋਏਗੀ ਜਿਨ੍ਹਾਂ ਨੇ ਪਹਿਲੀ ਵਾਰ ਇਸ ਸਮੇਂ ਵੋਟ ਪਾਣੀ ਹੋਏਗੀ ਆਪਣੇ ਵੱਲੋਂ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਸੋਸ਼ਲ ਸਮਝ ਕੇ ਵੋਟ ਦੇਖੋ ਨੌਜਵਾਨਾਂ ਨੂੰ ਤੇ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜਿੰਨੀ ਦੇ ਕੋਈ ਵੀ ਹੋਏ ਫॉर दैट ਬੈਟਰ ਜਿੰਨੀ ਦੇਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਏਗੀ ਜਿਹੜੀ ਕਿ ਪਿਛਲੇ 20 ਸਾਲਾਂ ਤੋਂ ਸਾਡੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਉਸ ਦਾ ਕਾਰਨ ਇਹ ਹੀ ਹੈ ਸੈਂਟਰ ਚ ਕਿਸੇ ਦੀ ਸਰਕਾਰ ਤੇ ਸਟੇਟ ਤੇ ਦੂਜੀ ਸਰਕਾਰ ਜੇ ਇਹ ਟ੍ਰੈਂਡ ਅਨਦਰ 5 ਇਅਰਸ ਇਦਾ ਕਰ ਗਿਆ ਤੇ ਫਿਰ ਪੰਜਾਬ ਨੂੰ ਫਾਈਨੈਂਸ਼ੀਅਲ ਮੈਸਚੋ ਘਟਣਾ ਬਹੁਤ ਔਖਾ ਹੋਏਗਾ। ਔਰ ਯੂਥ ਨੂੰ ਕੀ ਮਿਲਣਾ ਕੁਛ ਨਹੀਂ। ਯੂਥ ਤਾਂ ਤੇ ਫਿਰ ਹੋਈ ਹੈ ਵੀ ਬਾਹਰ ਵਾਲਾ ਬਾਹਰਲੇ ਮੁਲਕਾਂ ਦਾ ਰੁਝਾਨ ਕਿਉਂਕਿ ਪੰਜਾਬ ਵਿਲ ਹੈਵ ਨਥਿੰਗ ਟੂ ਆਫਰ ਟੂ ਥੈਮ। ਜਿੰਨੀ ਦੇ ਤੁਸੀਂ ਇੰਡਸਟਰੀ ਨਹੀਂ ਲੈ ਕੇ ਆਉਂਦੇ ਹੋ ਅਸੀਂ ਉਹਨਾਂ ਨੂੰ ਮੰਗਿਆ। ਅਸੀਂ ਸਾਡੀ ਸਰਕਾਰ ਆਏ ਤੇ ਅਸੀਂ ਡੈਫੀਨਿਟਲੀ ਹਿਮਾਚਲ ਔਰ ਜੀਐਨਕੇ ਵਾਲਾ ਜਿਹੜੇ ਇਨਸੈਂਟਿਵਸ ਨੇ ਇੰਡਸਟਰੀ ਦੇ ਉਹ ਅਸੀਂ ਆਪਣੇ ਲੈ ਕੇ ਆਵਾਂਗੇ ਸਾਡੀ ਅਸੀਂ ਦੇਖਣਾ ਸੀ ਲੋਕਾਂ ਨੂੰ ਕਿਦਾਂ ਰਾਜ਼ੀ ਕਰਨਾ ਉਹ ਤਾਂ ਹੀ ਹੋਏਗੀ ਜੇ ਇੱਥੇ ਸੈਂਟਰ ਦੇ ਵਿੱਚ ਔਰ ਇੱਥੋਂ ਦੀ ਡਬਲ ਇੰਜਨ ਸਰਕਾਰ ਬਣੇਗੀ ਅਸੀਂ ਸਮਝਾ ਰਹੇ ਹਾਂ ਲੋਕ ਸਮਝਦੇ ਨੇ ਲੱਗੇ ਨੇ ਬੀਜੇਪੀ ਸ਼ੁੱਡ ਕਮ ਐਂਡ ਟੇਕਓਵਰ ਤਾਂ ਉਹ ਨਹੀਂ ਥਿੰਕਸ ਵੀ ਬੀਜੇਪੀ ਇਜ਼ ਓਨਲੀ ਰੇ ਆਫ ਹੋਪ ਲੱਗਦਾ ਫਿਰ ਬਦਲਾਅ ਆਏਗਾ 100% ਬਦਲਾਅ ਸ਼ੋਰ ਹੈ ਬਿਲਕੁਲ ਐਸਾ ਸਾਡੇ ਨਾਲ ਫਤਿਹ ਜੰਗ ਸਿੰਘ ਬਾਜਵਾ ਜੋ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਹਨ ਹਰ ਬੂਥ ਤੇ ਜਾ ਰਹੇ ਨੇ VOTING ਪ੍ਰਕਿਰਿਆ ਨੂੰ ਜਿਹੜਾ ਹੈ ਉਹ ਨਿਗਰਾਨੀ ਰੱਖਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਚਾਹੁੰਦੇ ਹਨ ਕਿ ਬਦਲਾਅ ਹੋਵੇ ਤਾਂ 100% ਜਿਹੜਾ ਇਸ ਵਾਰ ਬਦਲਾਅ ਜਰੂਰ ਹੋਵੇਗਾ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ